ਜਲੰਧਰ ਸ਼ਹਿਰ 'ਚ ਲੋਕਡਾਊਨ ਤੋਂ ਬਾਅਦ ਚੋਰੀ ਅਤੇ ਲੁੱਟ ਖਸੁੱਟ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਜਲੰਧਰ ਦੇ ਬੱਸ ਸਟੈਂਡ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਗਿਰੀ ਵੇਚਣ ਵਾਲੇ ਨੇ ਇੱਕ ਔਰਤ ਦਾ ਮੋਬਾਈਲ ਚੋਰੀ ਕੀਤਾ ਅਤੇ ਉੱਥੋਂ ਗਾਇਬ ਹੋ ਗਿਆ। ਬਾਅਦ ਵਿੱਚ ਲੋਕਾਂ ਦੀ ਮਦਦ ਨਾਲ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਅਕਸਰ ਹੀ ਬੱਸ ਸਟੈਂਡ 'ਚ ਵੇਖਿਆ ਗਿਆ ਕਿ ਗਿਰੀ ਅਤੇ ਡਰਾਈ ਫਰੂਟ ਵੇਚਣ ਵਾਲੇ ਸਮਾਨ ਵੇਚਣ ਦੇ ਬਹਾਨੇ ਲੋਕਾਂ ਦਾ ਸਮਾਨ ਚੋਰੀ ਕਰ ਲੈਂਦੇ ਹਨ। PCR ਟੀਮ ਦੇ ਮੁਲਾਜ਼ਮ ਵਿੱਕੀ ਚੌਹਾਨ ਨੇ ਦੱਸਿਆ ਕਿ ਚੋਰੀ ਕਰਨ ਵਾਲੇ ਨੌਜਵਾਨ ਨੂੰ ਬੱਸ ਸਟੈਂਡ ਪੁਲਿਸ ਚੌਂਕੀ ਡਿਊਟੀ ਅਫਸਰ ਦੇ ਹਵਾਲੇ ਕਰ ਦਿੱਤਾ ਗਿਆ। ਸਰ, ਮਾਮਲਾ ਇਹ ਆ, ਇਹਨੇ ਜਿੰਨੇ ਇੱਥੇ ਗਿਰੀਆਂ ਵੇਚਣ ਵਾਲੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਜਿਨ੍ਹਾਂ ਦਾ ਬੱਸ ਸਟੈਂਡ 'ਤੇ ਕੰਟੈਕਟ ਲਿਆ, ਜਿਨ੍ਹਾਂ ਬੱਸ ਸਟੈਂਡ ਦਾ, ਕਿਉਂਕਿ ਉਹਨਾਂ ਦੀ ਰਹਿਣ ਰਮਾਈ ਹੇਠ ਇਹ ਸਾਰਾ ਕੰਮ ਕਰਦੇ ਆ। ਪਰ ਇਹ ਉਲਟਾ ਆ ਦੇਖ ਹੀ ਲਿਆ ਤੁਸੀਂ ਹੁਣ ਜਿਹੜਾ ਮਾਮਲਾ ਸਾਹਮਣੇ ਆਇਆ। ਸਾਡੇ ਵੀ ਅੱਗੇ ਰੋਡਵੇਜ਼ ਦੇ ਕਈ ਵਾਰੀ ਸਾਡੀਆਂ ਬੱਸਾਂ 'ਚੋਂ ਬੈਗ ਗੁੰਮ ਹੋਏ ਆ, ਅਤੇ ਜਿਸ ਹਿਸਾਬ ਨਾਲ ਇਹ ਮਾਮਲਾ ਸਾਹਮਣੇ ਆਇਆ, ਸਾਡੇ ਤਾਂ ਜਿੰਨੇ ਬੈਗ ਚੋਰੀ ਹੋਏ ਆ ਇਹ ਗਿਰੀਆਂ ਵੇਚਣ ਵਾਲੇ ਚੁੱਕਦੇ ਆ, ਜਦਕਿ ਇਹਦਾ ਜ਼ਿੰਮੇਵਾਰੀ ਜਿੰਨੀ ਆ ਇਹ ਜਿਹੜੇ ਬੱਸ ਸਟੈਂਡ ਜਿੰਨਾ ਠੇਕੇ 'ਤੇ ਲਿਆ ਉਸ ਮੈਨੇਜਮੈਂਟ ਦੀ ਬਣਦੀ ਆ, ਕਿਉਂਕਿ ਉਹਨਾਂ ਦੀ ਰਹਿਣ ਰਮਾਈ ਹੇਠ ਸਾਰਾ ਜਿੰਨਾ ਵੀ ਚੱਲਦਾ ਸਿਸਟਮ ਉਹਨਾਂ ਦਾ ਚੱਲਦਾ। ਉਹ ਜਵਾਬ ਦੇਣ ਵੀ ਇਹ ਬੰਦਾ ਕਿੱਦਾਂ ਰੱਖਿਆ, ਇਹਦਾ ਪ੍ਰੂਫ ਲਿਆ ਕਿੱਦਾਂ ਆਇਆ, ਕਿਉਂਕਿ ਜੇ ਕਹਿੰਦੇ ਵੀ ਅਸੀਂ ਨਹੀਂ ਰੱਖਿਆ ਤਾਂ ਉਹਦੇ ਕੋਲ ਕਮਰੇ ਦੀ ਚਾਬੀ ਕਿੱਥੋਂ ਆਈ ਜਿੱਥੋਂ ਉਹਨੇ ਮੋਬਾਈਲ ਕੱਢ ਕੇ ਦਿੱਤਾ? ਬੱਸ ਸਟੈਂਡ ਦੇ ਵਿੱਚ ਹੀ ਉਹ ਕਮਰੇ ਦੇ ਵਿੱਚ ਰਹਿ ਰਿਹਾ, ਅਤੇ ਇਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਕਿਉਂਕਿ ਇੱਥੇ ਕੋਈ ਵੀ ਵੱਡਾ ਹਾਸਾ ਹੋ ਸਕਦਾ, ਇਹ ਕੁਝ ਵੀ ਕਰ ਸਕਦੇ। ਜਿਹੜੇ ਬਕਸੇ ਸਾਡੇ ਚੋਰੀ ਹੋਏ ਆ ਜਾਂ ਹੋਰ ਬੈਗ ਚੋਰੀ ਹੋਏ ਆ ਉਹ ਵੀ ਸਾਰੇ ਹੋ ਸਕਦਾ ਇਹਨਾਂ ਚੁੱਕੇ ਹੋਣ, ਕਿਉਂਕਿ ਜੇ ਸਵਾਰੀ ਦਾ ਮੋਬਾਈਲ ਉਹਦੇ 2 ਮਿੰਟ ਆਪਣਾ ਮੂੰਹ ਪਰਾਂ ਨੂੰ ਕਰਨ 'ਤੇ ਚੁੱਕ ਕੇ ਲੈ ਕੇ ਜਾ ਸਕਦੇ ਆ ਅਤੇ ਸਾਡੇ ਤੋਂ ਜੋ ਮਰਜ਼ੀ ਕਰ ਸਕਦੇ ਆ। ਇਸ ਕਰਕੇ ਇਹ ਗਿਰੀਆਂ ਵੇਚਣ ਵਾਲਿਆਂ 'ਤੇ ਨੱਥ ਪਾਈ ਜਾਵੇ, ਜਿੰਨਾ ਵੀ ਸਮਾਨ ਵੇਚਦੇ ਆ ਬੱਸ ਸਟੈਂਡ 'ਤੇ ਦੁਕਾਨਾਂ ਹੈਗੀਆਂ ਵਾ ਜਾਂ ਸਵਾਰੀ ਨੇ ਆਪੇ ਉੱਥੋਂ ਲੈ ਲੈਣਾ, ਇਹ ਜਿਹੜੇ ਬੱਸਾਂ 'ਚ ਵੇਚਦੇ ਆ, ਅਤੇ ਜਾਂ ਇਹਨਾਂ ਦੇ ਕੋਈ ਪ੍ਰੂਫ ਲੈ ਕੇ ਗਾਂਹ ਤੋਂ ਕੋਈ ਵੀ ਕੰਮ ਹੁੰਦਾ ਅਸੀਂ ਮੈਂ ਬੱਸ ਸਟੈਂਡ ਜਿਹੜੀ ਮੈਨੇਜਮੈਂਟ ਆ ਉਹਦੇ ਖਿਲਾਫ਼ ਕਾਰਵਾਈ ਕਰਾਂਗੇ। ਮਾਮਲਾ ਜੀ, ਇਹ ਗਿਰੀਆਂ ਵੇਚਣ ਬੱਸ 'ਚ ਚੜਿਆ, ਉੱਥੇ ਲੇਡੀਜ਼ ਨੇ ਆਪਣਾ ਪਰਸ 'ਚੋਂ ਸਮਾਨ ਕੱਢਣ ਵੇਲੇ ਨੇ ਆਪਣਾ ਫੋਨ ਸੀਟ 'ਤੇ ਰੱਖਿਆ, ਇਹ 2 ਮਿੰਟ ਉਹਨਾਂ ਦੇ ਲਾਗੇ ਬੈਠ ਗਿਆ। ਉਹ ਲੇਡੀਜ਼ ਵੀ ਹੈਰਾਨ ਹੋ ਗਈ ਕਿ ਕੀ ਪਤਾ ਕਾਹਤੋਂ ਬੈਠਾ ਹੈ, ਜਦ ਨੂੰ ਉਹਦਾ ਧਿਆਨ ਬਾਹਰ ਨੂੰ ਹੋਇਆ ਅਤੇ ਜੇਬ 'ਚ ਪਾ ਕੇ ਫੋਨ ਆਪਣਾ ਨਾਲ ਹੀ ਲੈ ਗਿਆ ਜੀ। ਬਾਅਦ 'ਚ ਇਹਨੂੰ ਲੱਭਦੇ ਲੱਭਦੇ ਆਪਾਂ ਸਾਰਾ ਅੱਡਾ ਦੇਖਦੇ ਦੇਖਦੇ ਤਾਂ ਉੱਥੇ ਪਹੁੰਚੇ ਤਾਂ ਟੈਂਕੀ ਦੇ ਥੱਲੋਂ ਤੁਰਿਆ ਰਿਹਾ ਸੀਗਾ। ਉੱਧਰੋਂ ਇਹਨੂੰ ਮੈਂ ਕਿਹਾ ਫੋਨ ਤੇਰੇ ਕੋਲ ਆ, ਪਹਿਲਾਂ ਮੰਨ ਗਿਆ ਮੇਰੇ ਕੋਲ ਆ, ਬਾਅਦ 'ਚ ਕਹਿੰਦਾ ਮੇਰੇ 'ਚ ਗਲਤੀ ਹੋ ਗਈ। ਅਤੇ ਉੱਧਰੋਂ ਉਹਨੇ ਟੈਂਕੀ ਦੇ ਥੱਲੋਂ ਤਾਲਾ ਖੋਲ੍ਹ ਕੇ ਆਪਦੇ ਸਾਰੇ ਝੋਲੇ ਝਾਲੇ ਖਿਲਾਰ ਕੇ ਵਿੱਚੋਂ ਪੈਂਟ 'ਚੋਂ ਫੋਨ ਕੱਢ ਕੇ ਦਿੱਤਾ ਜੀ। ਮਾਮਲਾ ਇਨਫੋਰਮੇਸ਼ਨ ਆਈ ਸੀ ਕੰਟਰੋਲ ਤੋਂ ਸਾਨੂੰ ਵੀ ਇੱਕ ਚੋਰ ਫੜਿਆ ਵਾ, ਜਦੋਂ ਆ ਕੇ ਦੇਖਿਆ ਤਾਂ ਇਹਨੇ ਲੇਡੀਜ਼ ਦਾ ਮੋਬਾਈਲ ਚੱਕਿਆ ਸੀਗਾ, ਅਤੇ ਬਾਕੀ ਡਿਊਟੀ ਅਫਸਰ ਨੂੰ ਦੇ ਦਿੰਦੇ ਹਾਂ, ਜੋ ਇਨਫੋਰਮੇਸ਼ਨ ਹੋਊਗੀ ਉਹ ਕਰ ਲੈਣਗੇ ਕਲੈਕਟ। ਸਰ, ਪਤਾ ਲੱਗਾ ਕਿ ਇਹਨੇ ਕੀ ਚੋਰੀ ਕੀਤਾ ਸੀ ਮੋਬਾਈਲ ਦੇ ਨਾਲ, ਮਤਲਬ ਕੀ ਕੀਤਾ, ਮੋਬਾਈਲ ਬੰਦ ਕਿਉਂ ਕੀਤਾ ਇਹਨੇ? ਅਜੇ ਪੂਰੀ ਇਨਫੋਰਮੇਸ਼ਨ ਜਿੰਨੀ ਕੁ ਮਿਲੀ ਆ ਨਾ, ਲੇਡੀਜ਼ ਦਾ ਮੋਬਾਈਲ ਚੱਕਿਆ ਸੀ, ਇੰਨੀ ਕੁ ਇਨਫੋਰਮੇਸ਼ਨ ਆ, ਬਾਕੀ ਹੋਰ ਦੇਖਦੇ ਹਾਂ ਇੰਚਾਰਜ ਸਾਡੇ ਆ। ਅਤੇ ਕੋਈ ਪਹਿਲੇ ਵੀ ਕੇਸਾਂ ਦੇ ਵਿੱਚ ਸੀਗਾ ਸਰ? ਨਹੀਂ, ਇਹ ਪਹਿਲਾਂ ਨਹੀਂ, ਆਪਾਂ ਨੂੰ ਪਹਿਲੀ ਵਾਰ ਮਿਲਿਆ ਵਾ ਇਹ। ਅਤੇ ਕਿੱਥੇ ਦਾ ਰਹਿਣ ਵਾਲਾ ਕੁਛ ਪਤਾ ਲੱਗਾ? ਨੇਪਾਲ ਦਾ ਦੱਸ ਰਿਹਾ ਨਾ। ਨੇਪਾਲ ਦਾ ਕਾਰਵਾਈ ਕੀ ਕੀਤੀ ਆ ਰਹੀ ਸਰ? ਕਾਰਵਾਈ ਹੁਣ ਡਿਊਟੀ ਅਫਸਰ ਕਰਨਗੇ ਅਗਲੀ ਕਾਰਵਾਈ, ਆਪਾਂ ਚੌਂਕੀ ਲੈ ਜਾਂਦੇ ਹਾਂ ਅਤੇ ਅਗਲੀ ਕਾਰਵਾਈ ਡਿਊਟੀ ਅਫਸਰ ਕਰਦੇ। ਤੁਹਾਡਾ ਨਾਮ ਕੀ ਸਰ? ਮੇਰਾ ਨਾਮ ਵਿੱਕੀ ਚੌਹਾਨ ਹੈ। ਨਾਮ ਕੀ ਆਪਣਾ ਭਾਈ? ਰਮੇਸ਼। ਕਹਾਂ ਕੇ ਰਹਿਣ ਵਾਲੇ ਹੋ? ਗਾਂਵ ਤੋਂ ਨੇਪਾਲ ਹੈ ਜੀ। ਅੱਛਾ, ਯਹਾਂ ਪੇ ਕਹਾਂ ਰਹਤੇ ਹੋ? ਯਹਾਂ ਪੇ ਟੰਕੀ ਕੇ ਪਾਸ ਰਹਤੇ ਹੋ। ਅੱਛਾ, ਕਿਆ ਹੁਆ ਗਿਆ ਬਾਬਾ, ਯਹਾਂ ਪੇ ਚੋਰੀ ਕਿਆ ਕੀਆ ਤੁਮਨੇ? ਨਹੀਂ ਬਾਬੂ, ਮੈਂ ਚੋਰੀ ਨਹੀਂ ਕੀਆ, ਮੈਂ ਮੋਬਾਈਲ ਬਹੁਤ ਸਵਾਰੀ ਥਾ ਬਸ ਮੈਂ ਔਰ ਮੋਬਾਈਲ ਗਿਰਿਆ ਸੀਗਾ। ਹੋ ਗਿਆ ਤੈਨੂੰ ਕੰਮ ਕਰ ਲੈ। ਸਿਮ ਕਿਉਂ ਨਾ ਕਰ ਲੈ? ਇਹ ਕੰਮ ਤਾਂ ਮੈਂ ਬਚਪਨ ਸੇ ਕਰਤਾ ਹੂੰ, ਇੱਥੇ ਨਹੀਂ ਕਰਤਾ। ਸਿਮ ਕਿਉਂ? ਤੁਮਨੇ ਮੋਬਾਈਲ ਮੇਂ ਸੇ ਸਿਮ, ਤੁਮਨੇ ਮੋਬਾਈਲ ਮੇਂ ਸੇ ਸਿਮ ਕਿਉਂ ਨਿਕਾਲਾ ਥਾ? ਸਿਮ ਨਹੀਂ ਨਿਕਾਲ, ਮੈਂ ਸਿਮ ਨਹੀਂ ਨਿਕਾਲੇ ਥੇ, ਮੇਰੇ ਕੋ ਇਤਨਾ ਨਹੀਂ ਧਿਆਨ ਥੇ। ਮੈਂ ਇਸਕੇ ਬਾਅਦ ਮੈਂ ਲੈ ਜਾ ਕੇ ਉਹ ਠੇਕੇਦਾਰ ਕੋ ਮੈਂ ਕਹਾ ਕਿ ਦੇ ਦੇਂਗੇ, ਉਹ ਆਪਣੇ ਜਮਾ ਕਰਾ ਦੇਗਾ ਦਫ਼ਤਰ ਲੈ ਜਾ ਕੇ। ਫੋਨ ਬੰਦ ਕੀਆ ਥਾ? ਬੰਦ ਕੀਆ? ਬੰਦ ਕੀਆ ਥੇ ਸਰ? ਬੈਗ ਮੇਂ ਡਾਲ ਦਿਆ। ਬੰਦ ਕੀਆ ਥੇ ਸਰ? ਕਿਸ ਇਰਾਦੇ ਸੇ ਬੰਦ ਕੀਆ? ਉਹ ਵਹੀ ਤਾਂ ਗਲਤੀ ਹੋ ਗਈ ਹਮਸੇ। ਆ ਗਿਆ ਠੇਕੇਦਾਰ।